ਵਾਹ, ਇੰਗਲੈਂਡ ਦੇ ਬੰਦੇ ਵੀ ਅਜੀਬ ਹੀ ਹੁੰਦੇ ਆ। ਮੈਨੂੰ ਇੱਥੇ ਬਿਠਾ ਗਿਆ, ਮੈਨੂੰ ਕਹਿੰਦਾ ਤੂੰ ਆਰਾਮ ਨਾਲ ਬੈਠ ਤੇ ਮੈਂ ਜਾਪ ਕਰਨ ਚੱਲਿਆ। ਉਹ ਤੂੰ ਕਿਹੜਾ ਜਾਪ ਕਰਨ ਚੱਲਿਆ? ਕੁਝ ਮੈਨੂੰ ਵੀ ਪਤਾ ਲੱਗੇ, ਮੈਨੂੰ ਤਾਂ ਪਤਾ ਲੱਗਦਾ ਨੀਗਾ ਮੈਂ ਕੀ ਕਰਾਂ ਤੇ ਕੀ ਨਾ ਕਰਾਂ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਆਹਾ, ਵਾਹ ਬੱਲੇ ਨੀ ਮੂਰਤੋ, ਜੇ ਤੁਸੀਂ ਜਿਉਂਦੀਆਂ ਹੋ ਤਾਂ ਮੈਂ ਤੁਹਾਨੂੰ ਜੱਫੀ ਪਾ ਲਾਂ, ਪਰ ਕੀ ਕਰਾਂ, ਤੁਸੀਂ ਵੀ ਮਜਬੂਰ ਹੋ ਤੇ ਮੈਂ ਵੀ ਮਜਬੂਰ ਹੈ, ਮੈਂ ਕੁਛ ਕਰ ਨਹੀਂ ਸਕਦਾ। ਹਏ ਹਏ, ਟੋਕਰੀ ਹਿੱਲਣ ਲੱਗ ਗਈ, ਦੇਖੀ ਕਿਤੇ ਸਮਾਨ ਡਿੱਗ ਨਾ ਪਵੇ, ਜੇ ਘਗਰਾ ਹਿੱਲੇ ਫਿਰ ਦੇਖਦੇ ਹੈ, ਇਹਦਾ ਕਰਕੇ ਹਿੱਲਣਾ ਸੀ। ਵਾਹ 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 ਨੀ ਇੰਗਲੈਂਡ ਦੀ ਮੂਰਤੋ, ਤੂੰ ਤਾਂ ਬਨ ਸਵਨੀ ਹੋ, ਇਹਨੇ ਬਟਨ ਲਾਉਣ ਦੀ ਕੀ ਲੋੜ ਸੀ, ਬਟਨ ਕਿਉਂ ਬਥੇਰਾ? ਉਹ ਬਾਹਰ ਕੇ ਮੈਂ ਆ ਗਿਆ, ਆਈ ਇਹ ਲੈ ਅੰਦਰ ਦੱਬਾ, ਮੈਂ ਕਿਹਾ ਕੁੱਤੇ ਜੇ ਕੀ ਭੌਂਕਣ ਲੱਗ ਗਏ, ਇਹਨਾਂ ਨੂੰ ਬੰਦ ਕਿਵੇਂ ਕਰੂੰ? ਕਮਾਲ ਹੋ ਗਈ ਯਾਰ, ਕੀ ਉਹ ਪੇੜਿਆ? ਹਾਂ, ਉਹ ਤੂੰ ਕਦੋਂ ਆਇਆ? ਉਹ ਮਗਾ ਪਹਿਲਾਂ ਬੰਦੇ ਨੀ ਬਣਾ, ਇਹਨੂੰ ਬੰਦੇ ਨੀ ਬਣਦਾ। ਹਾਂ ਹਾਂ, ਹੁਣ ਦੱਸ ਕਿਵੇਂ ਔਰ ਕਿਉਂ ਆਇਆ? ਮੈਂ ਕਿਹਾ ਭਾਈ ਸਾਹਿਬ, ਜ਼ਿਆਦਾ ਪੁੱਛ ਕਿਵੇਂ ਆਇਆ ਤੇ ਜਾਂ ਕਿਉਂ ਆਇਆ, ਦੋਨਾਂ ਦਾ ਅਲੱਗ-ਅਲੱਗ ਜਵਾਬ ਹੈ। ਅਲੱਗ-ਅਲੱਗ ਦਾ? ਹਾਂ, ਅੱਛਾ ਦੋਨੋਂ ਦੱਸ ਦੇ ਤੂੰ। ਬਈ ਗੱਲ ਇਹ ਹੈ ਕਿ ਮੈਂ ਕਿਵੇਂ ਆਇਆ, ਇਹ ਤਾਂ ਮੈਂ ਤਾਂ ਆਇਆ ਕਿ ਮਾਂ ਨੇ ਟਿਕਸ ਲੈ ਦਿੱਤੀ ਤੇ ਗਾਂ ਬੰਦਿਆਂ ਨੇ ਜਹਾਜ਼ 'ਤੇ ਬਿਠਾਤਾ, ਜਹਾਜ਼ ਉੱਡਿਆ ਤੇ ਮੈਂ ਤਾਂ ਨੂੰ ਚੜਿਆ ਤੇ ਮੈਂ ਇੱਥੇ ਆ ਕੇ ਬਹਿ ਗਿਆ। ਤੇ ਮੈਂ ਕਿਉਂ ਆਇਆ ਇਹ ਮੈਂ ਤੈਨੂੰ ਦੱਸਦਾ ਕਿ ਬੇਬੇ ਨੇ ਕਿਹਾ ਕਿ ਪਤਾ ਲੈ ਕੇ ਆ ਜਿੱਦਾਂ ਕਿਵੇਂ ਰਹਿੰਦਾ ਤੇ ਕੀ ਕਰਦਾ ਤੇ ਕੀ ਨਹੀਂ ਕਰਦਾ ਤੇ ਆਪਦਾ ਪਤਾ ਦੱਸੇ ਕਿ ਉਹ ਠੀਕ ਹੈ। ਅੱਛਾ ਅੱਛਾ, ਤੂੰ ਇਹ ਦੱਸ ਤੈਨੂੰ ਇਹ ਮੁਲਕ ਕਿੱਦਾਂ ਦਾ ਲੱਗਾ? ਬਈ ਇਹ ਛੱਡ ਦੇ ਤੂੰ, ਪਰ ਇੱਕ ਗੱਲ ਜ਼ਰੂਰ ਹੈ, ਭਾਵੇਂ ਮਾਂ ਨੇ ਕਿਵੇਂ ਭੇਜਿਆ ਤੇ ਕਿਉਂ ਭੇਜਿਆ, ਪਰ ਇੱਥੇ ਤਾਂ ਮੌਜਾਂ ਹੀ ਮੌਜਾਂ। ਤੂੰ ਤਾਂ ਐਸਾ ਕਰਦੇ ਹੋ ਤੇ ਥੋੜ੍ਹੇ ਸਾਰੇ ਮੈਂ ਵੀ ਐਸਾ ਕਰ ਲੂੰਗਾ ਬਾਈ। ਅੱਛਾ ਤੂੰ ਬੈਠ ਇੱਥੇ, ਮੈਂ ਤੇਰੇ ਲਈ ਚਾਹ ਲੈ ਕੇ ਆ। ਚਾਹ ਤਾਂ ਬਾਈ ਮੈਂ ਪੀ ਲਈ, ਪੀ ਲਈ ਤਾਂ ਪਾਣੀ ਲੈ ਕੇ ਨਾ ਤੇ ਚਾਹ ਬਣਾ ਕੇ ਮੈਂ ਪੀ ਲਈ। ਖੂਹੀ? ਉਹ ਖੂਹੀ ਕਿਹੜੀ? ਉਹ ਖੂਹੀ ਅੰਦਰ ਲੱਗੀ ਹੈ ਯਾਰ, ਨਿੱਕੀ ਜਿਹੀ ਖੂਹੀ ਹੈ ਯਾਰ, ਹਰੇਕ ਹੀ ਚਾਹ ਪੀਂਦਾ ਹੋਊਗਾ। ਮੈਂ ਤਾਂ ਚਾਹ ਬਣਾ ਕੇ ਪੀ ਲਈ, ਬਹੁਤ ਹੀ ਸ਼ਾਨਦਾਰ ਪਾਣੀ ਹੈ। ਕਿਹੜੀ ਖੂਹੀ ਦੀ ਗੱਲ ਕਰੀ? ਕਮਾਲ ਕਰੀ ਜਾਂਦਾ ਯਾਰ, ਮੇਰੇ ਸਾਹਮਣੇ ਝੂਠ ਬੋਲਦਾ ਯਾਰ। ਅੱਛਾ ਅੱਛਾ, ਤੂੰ ਬੈਠ ਫਿਰ, ਮੈਂ ਜਰਾ। ਚੱਲ ਠੀਕ ਹੈ, ਪਤਾ ਨਹੀਂ। ਹਾਂ ਠੀਕ ਹੈ ਬਾਈ, ਗੱਲ ਕਰੀ ਜਾਂਦਾ। ਵਾਹ ਤੇਰੇ, ਖੂਹੀਆਂ ਦਾ ਪਾਣੀ ਪੀ ਕੇ ਮੈਨੂੰ ਕਮਲਾ ਸਮਝਦੇ ਆ। ਦੇਖ ਕਿੱਦਾਂ ਘਰਾੜੇ ਮਾਰਨ ਲੱਗਾ। ਉਹ ਪੇੜਿਆ, ਉਹ ਪੇੜਿਆ। ਹਾਂ ਹਾਂ ਬਾਈ, ਚੱਲ ਉੱਠ ਖੜ। ਉਹ ਰਹਿਣ ਦੇ ਯਾਰ, ਤੂੰ ਤਾਂ ਉਹਦੇ ਮਗਰ ਜਾ ਵੜੇਗਾ ਤੇ ਮੈਨੂੰ ਇੱਥੇ ਕੋਈ ਨਾ ਕੋਈ ਕੰਮ ਲਾ ਜਾਏਗਾ। ਮੈਨੂੰ ਪਹਿਨ ਦੇ ਯਾਰ, ਆਰਾਮ ਨਾਲ। ਉਹ ਨਹੀਂ ਨਹੀਂ ਉੱਠ, ਮੈਂ ਤੇ ਨਾਲ ਲੈ ਕੇ ਚੱਲਾਂਗਾ। ਹਾਂ ਚੱਲ ਉੱਠ, ਨਾਲ ਲੈ ਕੇ ਚੱਲੇਗਾ। ਚੱਲ ਠੀਕ ਹੈ ਫਿਰ ਤਾਂ ਯਾਰ, ਮੌਜਾਂ ਬਣ ਗਿਆ। ਹਾਂ ਮੈਂ ਆਰਾਮ ਕਰ ਰਿਹਾ ਸੀ। ਚੰਗਾ ਠੀਕ ਹੈ, ਜਾ ਜਲਦੀ ਬਾਥਰੂਮ ਜਾ ਜਾ। ਮੈਂ ਆਉਣਾ ਫਿਰ। ਹਾਂ ਚੱਲ ਠੀਕ, ਛੇਤੀ ਕਰੀ, ਮੈਂ ਵੀ ਨਾਣਾ। ਉਹ ਬੋਤਲ ਚੱਕ ਕੇ ਕਿੱਥੇ ਚੱਲਾਂ? ਬਾਹਰ ਜੰਗਲ ਪਾਣੀ ਜਾ ਕੇ ਆਉਣਾ ਹੈ। ਕੀ ਕਿਹਾ? ਜੰਗਲ ਪਾਣੀ? ਸਾਲਾ ਜੰਗਲ ਪਾਣੀ ਦਾ ਲੱਗਦਾ। ਓਏ ਇੱਥੇ ਤਾਂ ਜੰਗਲ 50-50 ਮੀਲ ਤੱਕ ਹੈ, ਨਹੀਂ ਤੂੰ ਜੰਗਲ ਪਾਣੀ ਕਿੱਥੇ ਜਾ? ਮੈਨੂੰ ਯਾਦ ਹੈ ਯਾਰ। ਓ ਨਹੀਂ ਨਹੀਂ, ਆ ਅੰਦਰ, ਮੈਂ ਤੈਨੂੰ ਬਾਥਰੂਮ ਦੱਸਦਾ। ਕਿੱਥੇ? ਆ ਜਾ ਆ ਜਾ, ਤੂੰ ਦੱਸਾਂ। ਲੈ ਹੁਣ ਮੈਂ ਠੀਕ ਹੋ ਗਿਆ, ਹੁਣ ਦੱਸ ਕੀ ਗੱਲ ਹੈ? ਲੈ ਬਹਿ ਜਾ ਇੱਥੇ। ਕਮਾਲ ਦੀ ਗੱਲ ਹੈ, ਕੋਈ ਤਾਂ ਖੂਹੀ ਹੈ ਤੇ ਆ ਟੋਬ ਹੈ, ਇਹਦੇ ਉੱਤੇ ਮੈਂ ਕਿਵੇਂ ਬਹਿ ਜਾ? ਇਹ ਤਾਂ ਮੈਂ ਚਾਹ ਬਣਾਉਣ ਵਾਸਤੇ ਪਾਣੀ ਲਿਆ ਸੀ ਯਾਰ। ਬੇੜਾ ਬਹਿ ਜਾ, ਓ ਇੱਥੋਂ ਚਾਹ ਬਣਾਉਂਦਾ ਸੀ ਤੇ ਹੋਰ। ਓਏ ਇਹ ਤਾਂ ਟਾਇਲਟ ਆ, ਟਾਇਲਟ ਇੱਥੇ ਮੈਂ ਕਰ ਦਿਆਂ। ਓ ਨਾ ਭਰਾਵਾ, ਖੂਹੀ ਜੇ ਮੇਲੇ ਪੜ ਜੂਗੀ, ਮੇਰੇ ਤੇ ਬਿਠਾ ਜਾਂਦਾ ਯਾਰ, ਤੂੰ ਮੈਨੂੰ ਖੋ ਜਾਂਦਾ ਮੈਂ ਤਾਂ। ਓਏ ਇਹ ਹੀ ਆ। ਓ ਨਾ ਭਰਾਵਾ, ਤੂੰ ਆ ਬਹਿ ਜਾ, ਤੇ ਸਾਹਮਣੇ ਵਾਲੀ ਹੈ ਮੇਰੇ ਤੇ ਬਿਠਾ ਜਾ ਬਾਈ। ਗੱਲ ਸੁਣ ਮੇਰੀ, ਐ ਬਰਾਪਾ ਉਹ ਗੱਲ। ਮੇਰਾ ਕੁਰਤਾ ਡਿੱਗ ਪਿਆ ਸੀ। ਕੁਰਤਾ ਡਿੱਗਣ ਦੀ ਇੰਨੀ ਆਵਾਜ਼? ਉਹ ਕੁਰਤੇ ਵਿੱਚ ਮੈਂ ਵੀ ਸੀਗਾ ਨਾ। ਦਰਵਾਜ਼ਾ ਤਾਂ ਬੰਦ ਕਰਦੇ ਆ। ਚਲੋ ਤਿਆਰ ਹੋ ਗਿਆ। ਮੈਨੂੰ ਕਹਿੰਦੇ ਮਰਵਾਏਗਾ, ਪੜਾਕੇ ਪਈ ਜਾਂਦੇ ਆ। ਫਿਲਮ ਚੱਲਦੀ ਹੈ ਸ਼ੋਲੇ, ਦੇਖੀ ਨੀ ਤੂੰ? ਹਾਂ ਦੇਖੀ ਜਾ ਯਾਰ, ਬਾਈ ਮੰਨ ਕੇ ਤੈਨੂੰ, ਤੂੰ ਤਾਂ ਘਰੇ ਸਿਨੇਮਾ ਲਾ ਰੱਖਿਆ। ਚੰਗਾ ਤੂੰ ਫਿਲਮ ਦੇਖ, ਮੈਂ ਨਾ ਕੇ ਸਵਾਦ ਲਿਆ ਤਾ। ਅੱਛਾ ਕੋਈ ਵੈਲਿਊ ਦੇ ਲੈਣ ਦੇ। ਉਹ ਨਹੀਂ, ਕੋਈ ਰੌਲਾ ਨਹੀਂ ਪੈਂਦਾ, ਤੂੰ ਦੇਖੀ ਚੱਲ ਫਿਲਮ, ਮੈਂ ਨਾ ਲਾ। ਵਾਹ ਬੱਲੇ, ਸਵਾਦ ਆ ਗਿਆ। ਵਾਹ ਬਾਈ, ਮੰਨ ਕੇ ਤੈਨੂੰ ਸਵਾਦ ਲਿਆ ਤਾ ਮੈਨੂੰ ਯਾਰ। ਹਾਂ ਠੀਕ ਹੈ, ਠੀਕ ਠੀਕ ਹੈ,
ਮੈਨੂੰ ਲੱਗਦਾ ਸਾਰੀ ਦੁਨੀਆ ਤੂੰ ਛਾਇਆ ਹੈ। ਉਹ ਮੈਂ ਤਾਂ ਭਰਾਵਾ ਤੈਨੂੰ ਮਰ ਗਿਆ ਕਿ ਤੂੰ ਆਪਣੇ ਦੇਸ਼ ਦਾ ਨਾਂ ਪੈਦਾ ਕਰਦਾ, ਆਪਣੇ ਖਾਨਦਾਨ ਦਾ ਨਾਂ ਪੈਦਾ ਕਰਦਾ। ਚੱਲਣ ਦੇ ਬੰਦ ਕਰ ਲੋ। ਤੈਨੂੰ ਕਹਿੰਦਾ ਆਪ ਕੇ ਦੇਖ ਦੋਨੋ ਆ ਕੇ ਬੰਦ ਕਰ ਲੀ ਦੋਨੋ ਨਹੀਂ ਬੰਦ ਕਰੋ। ਤੈਨੂੰ ਫਸਾਉਣ ਨੂੰ ਫਿਰਦਾ ਤੂੰ ਫਸ ਜਾ, ਔਰ ਮੈਨੂੰ ਲੱਗਦਾ ਤੂੰ ਫਸ ਜਾਏਗੀ। ਇਹ ਤੈਨੂੰ ਫਸਾਏ ਬਿਨਾਂ ਹਟਾ ਦੇ ਨਹੀਂ ਮੈਂ ਡਰਿਆ ਨਹੀਂ। ਬੱਲੇ ਆਪਣੇ ਵਾਲੇ ਵੀ ਹੈਗੇ ਯਾਰ, ਇਹ ਤਾਂ ਕੋਈ ਗੱਲ ਨਹੀਂ। ਵਾਪਸ ਆਊਗਾ ਇਸ ਵੇਲੇ ਆ ਕੇ ਮਿਸ਼ਰ ਜਰਵਾਰ ਆ ਗਿਆ। ਇਹ ਰੋਕ ਲੈਂਦੇ ਗੱਡੀ ਆਹ ਹੋਵੇ ਤਾਂ ਆਹੋ। ਅੱਛਾ ਅੱਛਾ ਬੱਲੇ ਬਈ ਮੰਨ ਗਏ ਮੁਲਕ ਨੂੰ, ਨਾ ਇੱਥੇ ਬੋਤੇ ਨਾ ਖੋਤੇ ਨਾ ਸੂਰ ਨਾ ਕੁੱਤੇ, ਪਰ ਡੰਗਰ ਪਸ਼ੂ ਤਾਂ ਕੋਈ ਦਿਖਾਈ ਨਹੀਂ ਦਿੱਤਾ ਯਾਰ। ਇੱਥੇ ਬਸ ਕਾਰਾਂ ਹੀ ਕਾਰਾਂ ਫਿਰਦੀਆਂ ਬਾਈ, ਕਾਰਾਂ ਹੀ ਕਾਰਾਂ ਫਿਰਦੀਆਂ। ਆ ਦੇਖੀ ਬਾਈ ਮੇਮਕੇ ਵਿੱਚ ਜੱਫੀ ਪਾਈ ਜਾਂਦੀ ਹੈ, ਇੱਥੇ ਇੱਦਾਂ ਪਾਈ ਜਾਂਦੀ ਹੈ। ਹਾਰੇ ਬਾਈ ਅਤੇ ਇੱਥੇ ਤਾਂ ਫਿਰ ਪਸ਼ੂ ਚਾਰ ਜਾਣਗੇ ਲੋਕ। ਉਹ ਨਹੀਂ ਇਹ ਪਾਰਕ ਹੈ ਬੰਦਿਆਂ ਦੇ ਘੁੰਮਣ ਲਈ। ਅੱਛਾ ਬੰਦਿਆਂ ਦੇ ਘੁੰਮਣ ਵਾਸਤੇ, ਪਸ਼ੂ ਇਹਦੇ ਭੁੱਖੇ ਮਾਰ ਦਿੰਦੇ ਆ। ਉਹ ਤੈਨੂੰ ਤਾਂ ਤੂੜੀ ਮਿਲੀ ਜਾਂਦੀ ਹੈ ਕਿ ਨਹੀਂ? ਉਹ ਮੈਂ ਕਿਹਾ ਬਾਈ ਤੂੰ ਮੈਨੂੰ ਐਵੇਂ ਘੁੰਮਣ ਕੇ ਏਰੀਆ 'ਚ ਪਾ ਰੱਖਿਆ ਹੈ, ਮੈਨੂੰ ਲੱਗਦਾ ਤੂੰ ਆਪਦੀ ਭਿੱਲੋ ਲੱਭੀ ਜਾਂਦਾ ਅਤੇ ਮੈਨੂੰ ਕਿਤੇ ਪਤਾ ਲਿਜਾਂਦਾ ਨਹੀਂ ਗਾ ਯਾਰ। ਹੈ ਨਾ ਤੂੰ ਮੇਰਾ ਘਰ, ਉਹ ਤੂੰ ਚੁੱਪ ਕਰਕੇ ਬੈਠਦਾ ਨਹੀਂ? ਇਹ ਤਾਂ ਬਾਈ ਤੂੰ ਸਵਾਦ ਲਿਆ ਤਾ, ਮੈਂ ਕਿਹਾ ਮੈਂ ਤਾਂ ਤੈਨੂੰ ਮੰਨ ਗਿਆ ਇਹ ਦੀਵਾਲੀ ਆ। ਮੈਨੂੰ ਲੱਗਦਾ ਨਾ ਇਹ ਆਪਦੀ ਦੀਵਾਲੀ 'ਚ ਨਾ ਦੀਵੇ ਦੇ ਮੋਮਬੱਤੀ ਘੱਟ ਹੀ ਵਰਤਦੇ ਆ, ਇਹ ਤਾਂ ਬਿਜਲੀ ਦੇ ਬੰਨੋ ਬੰਨੀ ਦੇ ਲਾਟੂ ਵਰਤਦੇ ਆ। ਹੁਣ ਮੈਂ ਦੇਖਣਾ ਵੀ ਸੁਰਲੀਆਂ ਦੇ ਫੁੱਲ 'ਚ ਨਿਕਲਦੇ ਆਉਂਦੇ ਆ, ਆ ਕਿਤੇ ਤੁਰੀ ਜਾਂਦੇ? ਓਏ ਦੀਵਾਲੀ ਨਹੀਂ ਨਾਈਟ ਕਲੱਬ ਹੈ, ਨਾਈਟ ਕਲੱਬ। ਅੱਛਾ ਮਾ ਕਿਹੜਾ ਤੋਪਖਾਨੇ? ਹਾਂ ਉੱਤਰ ਕੇ ਮੈਂ ਤੈਨੂੰ ਦਿਖਾਵਾਂ। ਅੱਛਾ ਚੱਲ ਆ ਜਾ। ਹਾਂ ਹਾਂ ਆ ਬਾਈ ਮਾੜੀ ਜਿਹੀ ਪੱਧਰੀ ਖੋਲੀ ਕਰਾਂ। ਉਹ ਤੈਨੂੰ ਖੋਲਣੀ ਵੀ ਨਹੀਂ ਆਉਂਦੀ, ਠੀਕ ਹੈ ਮੈਨੂੰ ਬੁਲਾਏਗਾ। ਯਾਰ ਤੂੰ ਮੈਨੂੰ ਕਿੱਥੇ ਲਿਆਇਆ? ਉਹ ਨਾਈਟ ਕਲੱਬ ਹੈ, ਇਹਦਾ ਬਿਲਕੁਲ ਹੀ ਨਾ ਪਰੀਆਂ ਦਾ ਮਹੱਲਾ ਲੱਗਦਾ ਹੈ। ਚੁੱਪ ਪਰੀਆਂ ਦਾ ਮਹੱਲੇ ਦਾ। ਓਏ ਇਹ ਤਾਂ ਮੇਰੇ ਕਿਹਨੂੰ ਦੇਖੀ ਜਾਂਦੀ ਹੈ, ਮੈਨੂੰ ਲੱਗਦਾ ਮੈਨੂੰ ਪਛਾਣਦੀ ਹੈ। ਮੈਨੂੰ ਲੱਗਦਾ ਤੂੰ ਜੁੱਤੀਆਂ ਖਾਏਗਾ। ਇਹਦਾ ਸਵਾਦ ਹੈਗਾ ਭਰਾਵਾ, ਤੂੰ ਤਾਂ ਰੋਜ਼ ਆਉਂਦਾ ਹੋਏਗਾ, ਤੈਨੂੰ ਤਾਂ ਸਾਰੀਆਂ ਪਛਾਣਦੀਆਂ ਹੋਣਗੀਆਂ। ਛੱਡ ਬਿਸਕੀ ਕਿਹੜੀ ਪੀਣੀ ਹੈ ਨਾ, ਉਹ ਮਹਿੰਗੀ ਬਿਸਕੀ ਹੁੰਦੀ ਹੈ। ਸਕਾਚ? ਹਾਂ ਸਕਾਚ, ਹਾਂ ਸਕਾਚ ਮੈਂ ਹੁਣੇ ਲੈ ਕੇ ਆਇਆ ਸਕਾਚ। ਪਰੇ ਪਰੇ ਨੱਚੀ ਨਾ ਜਾ, ਇੱਧਰ ਆ ਜਾ, ਤੁਸੀਂ ਵੀ ਪੀਨੇ ਹੋ ਮੈਂ ਵੀ ਪੀ ਲੂੰਗਾ, ਤੂੰ ਤਾਂ ਛੇਤੀ ਲਿਆ ਉਹ ਬਾਈ ਛੇਤੀ ਲਿਆ, ਹਾਏ ਹਾਏ ਛੇਤੀ ਲਿਆ ਲਿਆ। ਮੈਂ ਸੁਪਨਾ ਦੇਖੀ ਜਾਂਦਾ ਕਿ ਅਸਲੀ ਚੀਜ਼ਾਂ ਦੇਖੀ ਜਾਂਦਾ? ਓਏ ਸਭ ਅਸਲੀ ਚੀਜ਼ਾਂ। ਹਾਏ ਹਾਏ ਮਾੜੀ ਹੋਰ ਲਿਆ ਦੇ ਬਾਈ, ਉਹ ਮੈਂ ਲੈ ਕੇ ਆਇਆ। ਮੈਂ ਤੇਰਾ ਦੇਣਾ ਕਿੱਥੇ ਕਿੱਥੇ ਦੇਊਂਗਾ, ਮੈਂ ਤਾਂ ਉੱਥੇ ਵੀ ਨੰਗਾ ਤੇ ਇੱਥੇ ਵੀ ਨੰਗਾ। ਆ ਲਾ 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 ਆਏ 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 ਲਾ 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 ਲਾ। ਓ ਮੈਂ ਕਿਹਾ ਬਾਈ ਹੁਣ ਤਾਂ ਫੇਰ ਹੀ ਪੀਵਾਂਗੇ। ਵਾਟ ਆਰ ਯੂ ਡੂਇੰਗ? ਸਵਾਦ ਲੈ 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 ਲੀਵ ਮੀ ਆਈ ਸੇ ਲੀਵ ਮੀ ਲੀਵ ਮੀ ਅਲੋਨ। ਹਾਈ ਹਾਈ ਮਰ ਗਿਆ, ਹਾਈ ਮਰ ਗਿਆ, ਹਾਈ ਮੈਂ ਮਾਫ ਕਰ ਦਿਓ ਮਮਾ। ਜਿੱਤਿਆ ਜਿੱਤਿਆ ਇਧਰ ਆਈ ਇਧਰ ਆਈ ਹਾਂ ਜਿੱਤਿਆ। ਹਾਏ ਹਨੀ ਜੀ ਦੇਖੀ ਸਿੰਗ ਸੌਰੀ ਹਾਈ 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 ਪੋਰ ਗਾਇਸ ਅਸਰ ਤਾਈ ਸਹੀ ਮਰ ਗਿਆ। ਓਏ ਹੋਏ ਹਨੇਰੇ ਚ ਠੁੱਡੇ ਖਾਈ ਜਾਣਾ, ਮੈਨੂੰ ਬੱਤੀ ਤੇ ਜਲਾ ਲੈਂਦੇ। ਹਾਲੇ ਮਾਮਾ ਆਇਆ ਨੀਗਾ, ਮੈਨੂੰ ਕਹਿੰਦਾ ਸੀ ਮੈਂ ਜਾਪ ਕਰਨ ਜਾ ਰਿਹਾ, ਹਾਲੇ ਉਹਦਾ ਜਾਪ ਖਤਮ ਨਹੀਂ ਹੋਇਆ ਬਾਈ। ਓਏ ਜਾਪ ਨਹੀਂ ਜੋਬ, ਕਿਆ ਹੋਣਾ ਜੋਬ? ਜਾਪ ਕੀ ਹੁੰਦੀ ਹੈ?
ਓਏ ਜੌਬ ਦਾ ਮਤਲਬ ਹੁੰਦਾ ਕੰਮ, ਕੰਮ ਤੇ ਗਿਆ ਇੱਥੇ ਕੰਮ ਵੀ ਕਰਨਾ ਪੈਂਦਾ ਹੈ। ਆਹੋ ਹੋਰ ਤੂੰ ਸਮਝਦਾ ਪੌਂਡ ਇੱਥੇ ਦਰਖਤਾਂ ਨੂੰ ਲੱਗਦੇ ਆ? ਕਮਾਲ ਦੀ ਗੱਲ ਹੈ ਬਾਈ, ਲੈ ਪੈ ਆਰਾਮ ਨਾਲ। ਹੁਣ ਤੂੰ ਮੈਨੂੰ ਐ ਦੱਸ ਬਾਈ, ਆਪਾਂ ਹੁਣ ਘਰੇ ਆ ਗਏ? ਆਹੋ ਘਰੇ ਆ ਗਏ। ਜੇ ਆਪਾਂ ਘਰੇ ਆ ਗਏ ਫਿਰ ਤਾਂ ਮੈਨੂੰ ਛੋਲੇ ਦਿਖਾ ਦੇ। ਅੱਛਾ, ਤੈਨੇ ਮੈਨੂੰ ਉੱਥੇ ਲੈ ਚੱਲ ਜਿੱਥੋਂ ਆਪਾਂ ਆਏ ਆ, ਉੱਥੇ ਜਾ ਕੇ ਮੈਂ ਚਾਰ ਪੰਜ ਤਮਾਸ਼ੇ ਹੋਰ ਕਰਨੇ ਆ ਬਾਈ। ਹਾਂ ਮਾੜੇ ਜੇ ਨਾ, ਇਹ ਮਾੜੇ ਜੇ ਕਿਹੋ ਜਿਹੇ ਤਮਾਸ਼ੇ ਕਰਨੇ ਆ ਬਾਈ, ਤੈਨੂੰ ਫਿਰ ਦੱਸੂਗਾ ਬਾਈ। ਤੂੰ ਮੇਰਾ ਰਾਤ ਦੇ 2 ਵੱਜ ਗਏ ਆ। ਓ ਬਾਈ ਮੈਂ ਜਦੋਂ ਛੋਲੇ ਲਾਏ ਤੂੰ, ਓਏ ਤੂੰ ਛੋਲੇ ਲਗਾ ਦੇ ਬਾਈ ਯਾਰ। ਓਏ ਸੌ ਜਾਂਦਾ, ਮੈਂ ਕਿਹਾ ਛੋਲੇ ਲਗਾ ਦੇ ਯਾਰ, ਕਮਾਲ ਦੀ। ਮੈਂ ਆਪੇ ਸੌ ਜਾਊਂਗਾ ਛੋਲੇ ਦੇਖ ਕੇ। ਅੱਛਾ ਮੈਂ ਲਾ ਦਿੰਦਾ। ਚੱਲ ਲਾ ਲਾ ਬਾਈ, ਲਾ ਨਹੀਂ ਆਉਂਦਾ, ਲਾ ਦੇ। ਓ ਬਾਈ ਮੈਂ ਕਿਹਾ ਬਾਈ ਤੂੰ ਐ ਕਰ, ਛੋਲੇ ਲਾ ਦੇ, ਛੋਲੇ ਲਾ ਦੇ ਤੇ ਤੂੰ ਭੁੱਲੇ ਨਾ, ਲਾ ਦੇ। ਮੈਂ ਛੋਲੇ ਦੇਖ ਰਿਹਾ, ਲੈ ਲੱਗ ਗਈ ਛੋਲੇ ਮੈਂ ਦੇਖ ਰਿਹਾ ਬਾਈ। ਆਪ ਸੌ ਗਿਆ, ਮੈਨੂੰ ਕਹਿੰਦਾ ਛੋਲੇ ਲਾ ਦੇ, ਆਪ ਛੋਲੇ ਵੇਚ ਕੇ ਸੌ ਗਿਆ। ਦਸ ਵੱਜ ਗਏ, ਮੈਂ ਇੰਨਾ ਚਿਰ ਸੁੱਤਾ ਹੀ ਪਿਆ ਰਿਹਾ। ਜੀਤਿਆ, ਉਹ ਜੀਤਿਆ, ਜੀਤਾ ਪਤਾ ਨੀ ਕਿੱਥੇ ਚਲਿਆ ਗਿਆ। ਉਧਰੋਂ ਸ਼ਾਇਦ ਮਾਮਾ ਮੈਨੂੰ ਲੱਗਦਾ ਜੌਬ ਤੇ ਚਲਿਆ ਗਿਆ ਹੋਣਾ, ਉਹ ਰਾਤ ਨੂੰ ਆਊਗਾ। ਉਹ ਜੀਤਿਆ, ਉਹ ਜੀਤਿਆ, ਬਾਈ ਤੂੰ ਕਿੱਥੇ ਜਾ ਵੜਿਆ? ਮੈਂ ਇਕੱਲੇ ਇੱਥੇ ਕੀ ਮੱਖੀਆਂ ਮਾਰੂੰਗਾ? ਮੈਨੂੰ ਤਾਂ ਇਹ ਡੱਬੇ 'ਚ ਤਸਵੀਰ ਵੀ ਨਹੀਂ ਲਿਆਉਣੀ।